बहुत स्वागत है जी सारों का। बहुत ही खास प्रोग्राम तीरथ सिंह पिनाकल मेरे मौजूद ने, जो कि पिनाकल एजुकेशन एंड इमीग्रेसन कंसल्टिंग प्राइवेट लिमिटेड रिप्रजेंट करते हैं। सो स्टूडेंट्स हमेशा की तरह अपील है, बिना लाइसेंस किसी कंपनी के नाल सलाह मशवरा ना करो, तो नुकसान हो सकता है। हुण गल कनेडा की फिर करते हैं। कनेडा दे विच जिस तेजी के नाल रिजल्ट आने दी संभावनावां बन रही ने आने वाले समय के, कनेडा नूं लैके बहुत वड्डा उत्साह विद्यार्थियों के देखने मिल रहा है और नवे स्टूडेंट्स वड्डी गिणती च हुण अपलाई करनगे। 10+2 CBSE का रिजल्ट आ गया। अजिहे विच पुराने विद्यार्थी जिन्होंने रीअपलाई नहीं किया वह भी तुरंत रीअपलाई करने की तैयारी कर लैन, क्योंकि बहुत वड्डी गिणती च नवे विद्यार्थी ने जिहड़े वो आयल्स सेंटर के लगभग अपनी आयल्स मुकम्मल करने वाले पासे है। तो कनेडा के जनवरी इनटेक के लिए बहुत वड्डी गिणती च एप्लीकेशन लगन की आस भी है, पर यह भी पता लग गया कि कनेडा का इमीग्रेशन नवे स्टूडेंट्स का वेलकम करने लिए भी तैयारी कर रहा है। सो हुण नवे स्टूडेंट्स ने जिहड़े या रीअपलाई करने वाले स्टूडेंट्स ने हुण किहड़ियां गल्लां का ख्याल रखण, हुण नवे विद्यार्थियों नूं या रीअपलाई करने वाले एप्लीकेशनस नूं किहड़ियां किहड़ियां गल्लां देख के वीजे मिलणगे, ਇਹ ਪੁਆਇੰਟ ਬੜੇ ਇੰਪੋਰਟੈਂਟ ਨੇ ਔਰ ਤੀਰਥ ਸਿੰਘ ਪਿਨਾਕਲ ਜੀ ਇਹਨਾਂ ਸਾਰੇ ਪੁਆਇੰਟਸ ਤੇ ਸਾਡੇ ਨਾਲ ਚਾਨਣਾ ਪਾਉਣਗੇ। ਤੀਰਥ ਜੀ ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਰ ਬਿਲਕੁਲ ਸਹੀ ਗੱਲ ਹੈਗੀ ਆ ਤੇ ਬਹੁਤ ਬਹੁਤ ਮੁਬਾਰਕਾਂ ਸਾਰੇ ਬੱਚਿਆਂ ਦਾ ਜਿਨ੍ਹਾਂ ਦਾ 10+2 ਦਾ ਰਿਜ਼ਲਟ ਆਇਆ ਚੰਗੇ ਨੰਬਰਾਂ ਨਾਲ ਪਾਸ ਹੋਏ ਆ, ਕਿਉਂਕਿ ਇਹ ਇੱਕ ਬੈਕਬੋਨ ਆ, ਰੀੜ ਦੀ ਹੱਡੀ ਆ, ਕਿ ਇਹ ਬਹੁਤ ਜ਼ਿਆਦਾ ਜ਼ਰੂਰੀ ਇੰਪੋਰਟੈਂਟ ਰੋਲ ਪਲੇ ਕਰਦਾ ਕਿ ਤੁਹਾਡੇ ਮਾਰਕਸ ਕਿੰਨੇ ਆ ਗਏ, ਕਿਉਂਕਿ ਉਹਦੇ ਅਕੋਰਡਿੰਗ ਹੀ ਤੁਹਾਨੂੰ ਜਿਹੜੇ ਅਗਲੇ ਵਧੀਆ ਕੋਰਸ ਐਡਮਿਸ਼ਨ ਮਿਲਣੀ ਆ, ਵਧੀਆ ਕੋਰਸ ਐਡਮਿਸ਼ਨ ਮਿਲੂਗੀ, ਦੈਨ ਆਪਣਾ ਵੀਜ਼ੇ ਦੇ ਚਾਂਸਸ ਵਧਣਗੇ। ਸਰ ਅੱਜ ਮੇਰੇ ਹਰ ਬੱਚੇ ਨੂੰ ਕਹੀ ਐਡਵਾਈਸ ਆ, ਵਾਹਿਗੁਰੂ ਕਰੇ ਹਰ ਬੱਚੇ ਦਾ ਵੀਜ਼ਾ ਆਵੇ ਜਿਨ੍ਹਾਂ ਦੀਆਂ ਫਾਈਲਾਂ ਬੈਸੀ 'ਚ ਲੱਗੀਆਂ ਹੋਈਆਂ। ਬਟ ਨਾ ਇੱਕ ਚੀਜ਼, ਇਹ ਗੱਲਾਂ ਬਹੁਤ ਧਿਆਨ ਨਾਲ ਸੁਣਨ ਵਾਲੀਆਂ, ਬੇਟਾ ਤੁਹਾਡੇ ਕੰਮ ਦੀਆਂ ਗੱਲਾਂ ਵਾ, ਠੀਕ ਨਾ, ਫੇਸ ਹੁੰਦਾ। ਸੋ ਇਹ ਬੱਚੇ ਨਾ ਜਿਹੜੇ ਬੱਚਿਆਂ ਦੀਆਂ ਫਾਈਲਾਂ ਲੱਗੀਆਂ ਹੋਈਆਂ ਜਾਂ ਕਾਫੀ ਸਮੇਂ ਤੋਂ ਆਪਣੇ ਰਿਜ਼ਲਟ ਦੀ ਵੇਟ ਕਰੋ, ਸੋ ਜ਼ਿਆਦਾ ਬਿਹਤਰ ਤਰੀਕੇ ਨਾਲ ਜਾਣ ਸਕਦੇ ਹੋਣਗੇ। ਬਟ ਨਵੇਂ ਬੱਚੇ ਵੀ ਇਹ ਚੀਜ਼ ਨੂੰ ਜ਼ਰੂਰ ਫੋਲੋ ਕਰਨ, ਠੀਕ ਨਾ, ਸਮਾਂ ਹੁੰਦਾ ਹਰ ਪ੍ਰੋਫਾਈਲ ਦਾ, ਕਿ ਉਹ ਪ੍ਰੋਫਾਈਲ ਜੇ ਉਸ ਟਾਈਮ 'ਤੇ ਸਹੀ ਤਰੀਕੇ ਨਾਲ ਕੋਰਸ ਲੈ ਕੇ ਆਉਂਦੇ ਤਾਂ ਪਹਿਲੀ ਵਾਰੀ ਜੀ ਵੀਜ਼ਾ ਲੈਣ ਦੇ ਵਿੱਚ ਕੋਈ ਵੀ ਕਿਸੇ ਬੱਚੇ ਨੂੰ ਮੁਸ਼ਕਿਲ ਨਹੀਂ ਆਉਂਦੀ। ਬਟ ਕਈ ਵਾਰੀ ਕੀ ਹੁੰਦਾ, ਆਪਾਂ ਆਪਣੀ ਅਲਗੈਲੀ ਕਰ ਲੈਂਦੇ ਹਾਂ ਜਾਂ ਕਾਹਲੀ ਕਰ ਲੈਂਦੇ ਹਾਂ। ਅਲਗੈਲੀ ਸਭ ਤੋਂ ਪਹਿਲਾਂ ਮੈਂ ਕੀ ਕਹੂੰਗਾ ਕਿ ਸਾਡੇ ਆਇਲਸ 'ਚ ਬੈਂਡ ਘੱਟ ਸੀਗੇ, ਕੰਪਰੋਮਾਈਜ਼ ਕਰ ਲਿਆ, ਜਾਂ ਮੈਨੂੰ ਸਹੀ ਕੋਸਟ ਐਡਮਿਸ਼ਨ ਲਈ ਮੈਂ ਦੇਖ ਲਿਆ ਜੀ ਨਹੀਂ ਜੀ ਮੈਂ ਤਾਂ ਫਲਾਣਾ ਮੇਰਾ ਰਿਸ਼ਤੇਦਾਰ ਉੱਥੇ ਰਹਿੰਦਾ ਕਿ ਮੈਂ ਉੱਥੇ ਲੱਗ ਕੇ ਜਾਣਾ ਸੀ, ਕੋਈ ਨਹੀਂ ਜਿਹੜਾ ਮਰਜ਼ੀ ਕੋਰਸ ਇਹਦੇ ਵੀਜ਼ਾ ਆਊਗਾ। ਪਹਿਲਾਂ ਇਹ ਚੀਜ਼ਾਂ ਹੋਈਆਂ, ਸੋ ਇਹ ਰੀਜ਼ਨ ਬਣੇ ਆ ਸਟੂਡੈਂਟਸ ਦੀਆਂ ਰਿਫਿਊਜ਼ਲ ਆਉਣ ਦੇ, ਜਿਹੜਾ ਕਿ ਕਾਰਨ ਇਹ ਵੀ ਚੀਜ਼ਾਂ ਬਣਦੀਆਂ ਜ਼ਰੂਰ ਹੈਗਾ। ਤੇ ਇੱਕ ਗੱਲ ਇਹ ਵੀ ਗੱਲ ਪੱਕੀ ਆ, ਉਹੀ ਬੱਚਾ ਬਸ ਅੱਜ ਜਿਹੜੇ ਵੀਜ਼ਾ ਲੈਣ 'ਚ ਕਾਮਯਾਬ ਹੋ ਰਿਹਾ ਜਾਂ ਸਟੂਡੈਂਟ ਆਪ ਅਪਡੇਟ ਆ ਜਾਂ ਉਹਦਾ ਸਲਾਹਕਾਰ ਅਪਡੇਟ ਹੈਗਾ। ਤੇ ਦੂਸਰੀ ਗੱਲ ਆ, ਫਰੈਸ਼ ਪਾਸ ਆਊਟ ਸਟੂਡੈਂਟ ਨੂੰ ਬੇਟਾ ਮੈਂ ਕਹੂੰਗਾ ਬਹੁਤ ਵਧੀਆ ਅਪਡੇਟ ਰਹਿਣਾ ਚਾਹੀਦਾ। ਬਟ ਅਪਡੇਟ ਰਹਿਣ ਦੇ ਓਵਰ ਕੌਨਫੀਡੈਂਸ ਬਿਲਕੁਲ ਵੀ ਨਾ ਰਹੋ ਕਿ ਹਾਂਜੀ ਕੋਈ ਨਹੀਂ, ਮੇਰਾ ਫਲਾਣਾ ਫਲਾਣਾ ਦੋਸਤ ਚਲਾ ਗਿਆ, ਮੇਰਾ ਰਿਸ਼ਤੇਦਾਰ ਚਲਾ ਗਿਆ, ਕਜ਼ਨ ਚਲਾ ਗਿਆ, ਭੈਣ ਭਾਈ ਇੱਦਾਂ ਹੀ ਗਏ ਸੀਗੇ, ਉਹਨਾਂ ਦੇ ਨੰਬਰ ਘੱਟ ਸੀ ਮੇਰੇ, ਜ਼ਿਆਦਾ ਮੇਰਾ ਵੀਜ਼ਾ ਆ ਹੀ ਜਾਣਾ। ਸੋ ਬੇਟਾ ਤੁਸੀਂ ਇਹ ਸ਼ੋਅ ਦੌਰਾਨ ਵੀ ਦੇਖਦੇ ਹੋ ਕਿੰਨੇ ਬੱਚੇ ਕਮੈਂਟ ਕਰਦੇ ਆ, ਕਿੰਨੇ ਬੱਚੇ ਨਾਲ ਜੁੜਦੇ ਆ, ਦੇਖਦੇ ਆ ਕਿ ਜਿਹਨਾਂ ਦੀਆਂ ਵਧੀਆ ਪ੍ਰੋਫਾਈਲਸ ਵੀ ਰਿਫਿਊਜ਼ ਹੋ ਜਾਂਦੀਆਂ। ਸੋ ਮੈਂ ਡਰਾ ਨਹੀਂ ਰਿਹਾ, ਬਟ ਅਲਰਟ ਕਰ ਰਿਹਾ, ਅਵੇਅਰ ਕਰ ਰਿਹਾ ਕਿ ਯਾਦ ਰੱਖਣਾ ਕਿ ਆ ਜਿੰਨੇ ਰਿਫਿਊਜ਼ ਵਾਲੇ ਬੱਚੇ ਆ ਨਾ, ਕਿਸ ਦਿਨ ਇਹ ਵੀ ਫਰੈਸ਼ ਸੀਗੇ, ਇਹ ਵੀ ਬੱਚੇ ਅੱਜ ਮਿਹਨਤ ਕਰ ਲਏ। ਕਈ ਵਾਰੀ ਸਾਡੇ ਕੋਲ ਬੱਚੇ ਸਰ ਆਉਂਦੇ, ਗੱਲਾਂ ਮੈਂ ਤਾਂ ਕਰ ਰਿਹਾ ਕਿਉਂਕਿ 22 ਪਾਸ ਆਊਟ ਨੂੰ ਡੈਫੀਨੇਟਲੀ ਪ੍ਰਾਇਓਰਿਟੀ ਮਿਲੂਗੀ। ਇਹ ਚੀਜ਼ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਆਵਾਜ਼ ਕਰੋ ਕਿ ਹਾਂਜੀ ਜੇ ਤੁਸੀਂ ਵੀਜ਼ਾ ਆਫੀਸਰ ਹੋ, ਜੇ ਤੁਸੀਂ ਵੀਜ਼ਾ ਦੇਣਾ ਹੋਵੇ, ਕਿਹੜੀ ਫਾਈਲ ਨੂੰ ਵੀਜ਼ਾ ਦੋਗੇ? 22 ਪਾਸ ਆਊਟ ਨੂੰ ਦੋਗੇ, 21 ਨੂੰ ਦੋਗੇ, 20 ਨੂੰ ਦੋਗੇ, 19 ਨੂੰ ਦੋਗੇ? ਇਹ ਗੱਲਾਂ ਮੈਂ ਤੁਹਾਡੇ ਨਾਲ ਤਾਂ ਕਰ ਰਿਹਾ, ਬਹੁਤ ਸਾਰੇ ਬੱਚੇ ਜਿਹੜੇ ਆਉਂਦੇ ਆ ਵਧੀਆ ਨੰਬਰ ਆ, ਵਧੀਆ ਅਕੈਡਮਿਕਸ ਆ, ਬਟ ਕੋਈ ਗਲਤੀ ਕਹਿ ਲਓ, ਕਿਸੇ ਵੀ ਕਾਰਨ ਕਰਕੇ ਲਓ, ਹਜੇ ਵੀ ਇੰਡੀਆ ਬੈਠੇ ਆ 19-20 ਪਾਸਵਰਡ ਵਾਲੇ ਬੱਚੇ, ਵੀ 21 ਪਾਸਵਰਡ ਵਾਲੇ ਬੱਚੇ 2-2-3-3 ਰਿਫਿਊਜ਼ ਨਾਲ ਲੈ ਕੇ ਬੈਠੇ ਆ। ਤੇ ਜੇਕਰ ਹਾਂ ਗਲਤੀ ਕੱਟਣ 'ਚ ਆ ਜਾਈਏ, ਨਿਕਲ ਜਾਂਦੀ ਆ। ਸੋ ਬੱਚਾ ਨਾ ਕਈ ਵਾਰੀ ਕੀ ਹੁੰਦਾ ਕਿ ਸਰ ਕਿਹਦੀ ਗਲਤੀ ਰਹਿ ਗਈ, ਮੇਰੇ ਫਲਾਣੇ ਏਜੰਟ ਨੇ ਮੇਰੇ ਨਾਲ ਗਲਤੀ ਕਰਤੀ ਜੀ, ਉਹਨੇ ਕਰਤੀ। ਬਟ ਮੇਰਾ ਤਾਂ ਇਹ ਮੰਨਣਾ ਕਿ ਜਿਹਨੇ ਗਲਤੀ ਕਰਤੀ ਕਰਤੀ, ਪਰ ਆਪਾਂ ਕੀ ਕਰ ਸਕਦੇ ਹਾਂ। ਸੋ 22 ਪਾਸਵਰਡ ਵਾਲੇ ਤਾਂ ਜ਼ਰੂਰ ਲੈਸਨ ਲੈਣ, ਹਰ ਕਿਸੇ ਕੋਲ ਵੀ, ਜਿਹਦੇ ਕੋਲ ਵੀ ਤੁਸੀਂ ਆਪਣੀ ਫਾਈਲ ਲਵਾਉਣਾ ਚਾਹੁੰਦੇ ਆ, ਸਾਡੇ ਕੋਲ ਆਓ ਬੇਟਾ। ਮੈਂ ਤਾਂ ਕਹਿੰਦਾ ਸਾਡੇ ਕੋਲ ਆਓ, ਆਪਣੇ ਸਵਾਲਾਂ ਦੀ ਲਿਸਟ ਲੈ ਕੇ ਆਓ ਪ੍ਰੋਪਰ, ਕਿਉਂਕਿ ਕੱਲ੍ਹ ਵੀ ਇੱਕ ਮੈਂ ਜਿੱਦਾਂ ਔਨਲਾਈਨ ਕਾਉਂਸਲਿੰਗਸ ਆਉਂਦੀਆਂ, ਬੱਚੇ ਗੱਲ ਕਰਨਾ ਚਾਹੁੰਦੇ ਆ, ਪੇਰੈਂਟਸ ਖੁਸ਼ੀ ਹੁੰਦੀ ਆ। ਕਈ ਵਾਰੀ ਕੀ ਆ, ਫਰੈਸ਼ ਪਾਸਵਰਡ ਇੰਨੇ ਜ਼ਿਆਦਾ ਸਵਾਲ ਉਹਨਾਂ ਨੇ ਲਿਖੇ ਹੋਏ ਆ ਨਾ, ਕਿਉਂਕਿ ਜਿਹੜੇ ਬੱਚੇ ਫੋਲੋ ਕਰਦੇ ਆ ਉਹਨਾਂ ਦੇ ਪੇਰੈਂਟਸ ਫੋਲੋ ਕਰਦੇ ਆ। ਸੋ ਵਧੀਆ ਗੱਲ ਆ ਬੇਟਾ, ਸੋ ਜੇ ਤੁਹਾਡੇ ਸਵਾਲਾਂ ਦੇ ਜਵਾਬ ਮਿਲਦੇ ਆ, ਦੈਨ ਹੀ ਆਪਣੀ ਫਾਈਲ ਲਾਂਚ ਕਰਾਓ, ਦੈਨ ਹੀ ਵੀਜ਼ਾ ਆਉਣਾ। ਸੋ ਗੱਲਾਂ ਨਾਲ ਵੀਜ਼ਾ ਆਉਣਾ, ਪਰ ਗੱਲਾਂ ਕਿਹੜੀਆਂ? ਟੈਕਨੀਕਲ ਪੁਆਇੰਟਸ, ਫੈਕਟਸ ਦੇ ਨਾਲ, ਕਿਉਂਕਿ ਬਾਅਦ ਚੋਂ ਕੀ ਹੁੰਦਾ, ਪਹਿਲਾਂ 99.9 ਗਰੰਟੀ 99.9% ਵੀ ਗਰੰਟੀ ਦਿੱਤੀ ਜਾਂਦੀ ਕਿ ਵੀਜ਼ਾ ਆਊਗਾ, ਬਟ ਜਿਹੜਾ 0.01 ਉਹ 100 ਚ ਕਦੋਂ ਕਨਵਰਟ ਹੁੰਦਾ ਕਿ ਵੀਜ਼ਾ ਨਹੀਂ ਆਇਆ, ਫਿਰ ਕਹਿੰਦੇ ਜੀ ਤੇਰੀ ਕਿਸਮਤ ਆ। ਖਾਸ ਤੌਰ ਤੇ ਫਰੈਸ਼ ਪਾਸਵਰਡ ਵਾਲੇ ਬੱਚੇ ਜ਼ਰੂਰ ਖਿਆਲ ਰੱਖਣ। ਅੱਜ ਮੈਂ ਉਹਨਾਂ ਬੱਚਿਆਂ ਨੂੰ ਵੀ, ਕੱਲ੍ਹ ਵੀ ਕਾਉਂਸਲਿੰਗ ਆਉਂਦੀਆਂ, ਡੇਲੀ ਆਉਂਦੀਆਂ, ਜਦੋਂ ਬੱਚਾ ਨਾ ਬਹੁਤ ਪਿਆਰ ਕਰਦਾ, ਸੋ ਅਸੀਂ ਬਹੁਤ ਲੱਕੀ ਫੀਲ ਕਰਦੇ ਹਾਂ ਕਿ ਵਾਹਿਗੁਰੂ ਦੀ ਕਿਰਪਾ, ਜਦੋਂ ਬੱਚੇ ਦੂਰੋਂ ਨੇੜਿਓਂ ਮਿਲਣ ਆਉਂਦੇ ਆ ਇੱਥੇ।
ਆਪਣੀ ਐਡਵਾਈਸ ਆਪਣੀ ਪ੍ਰੋਫਾਈਲਸ ਲੈ ਕੇ ਆਉਂਦੇ, ਉਮੀਦਾਂ ਲੈ ਕੇ ਆਉਂਦੇ ਕਿ ਹਾਂ ਵੀ ਪਿਨੈਕਲ ਤੋਂ ਹੈ ਜੀ ਵੀਜ਼ਾ ਅਸੀਂ ਲੈਣਾ ਹੀ ਲੈਣਾ ਵਾ, ਕਿ ਜ਼ਰੂਰ ਆਊਗਾ। ਕਿ ਖਾਸ ਕਰ ਮੈਂ ਗੱਲ ਕਰਦਾ ਉਹ ਪ੍ਰੋਫਾਈਲ ਜਿਹੜੇ ਹਿੰਮਤ ਛੱਡ ਚੁੱਕੇ ਹੁੰਦੇ, 19-20 ਪਾਸਆਊਟ, 18 ਪਾਸਆਊਟ, ਜਿਹੜੇ ਬੱਚੇ ਦੀਆਂ ਪਰਸੈਂਟੇਜ, ਜਿਹਦੇ ਬੱਚੇ ਰਿਫਿਊਜ਼ਲਸ ਲੈ ਚੁੱਕੇ ਹੁੰਦੇ। ਬਟ ਮੈਂ ਅੱਗੇ ਵੀ ਹਰ ਬੱਚੇ ਨੂੰ ਕਹਿੰਦਾ ਰਿਫਿਊਜ਼ਲ ਪ੍ਰੋਬਲਮ ਨਹੀਂ ਹੈਗੀ, ਬਟ ਜੇ ਅਕੈਡਮਿਕ 'ਚ ਨੰਬਰ ਘੱਟ ਆ ਡੈਫੀਨੇਟਲੀ ਪ੍ਰੋਬਲਮ ਆ। ਕੋਈ ਪੇਪਰ ਗਲਤ ਲੱਗੇ ਹੋਏ, ਐਕਸਪੀਰੀਅੰਸ ਡਿਪਲੋਮਾਸ ਗਲਤ ਲੱਗੇ, ਉਹ ਸੱਚੀ ਪ੍ਰੋਬਲਮ ਹੈਗੀ ਆ। ਇਹ ਤਾਂ ਕਹਿੰਦੇ ਕਿ ਸਰ ਸਾਨੂੰ ਗਾਰੰਟੀ ਦਿਓ, ਜਿੰਨੇ ਮਰਜ਼ੀ ਪੈਸੇ ਦਿਓ। ਬੇਟਾ ਜੇ ਗਾਰੰਟੀ ਹੋਵੇ ਤਾਂ ਮੈਨੂੰ ਲੱਗਦਾ ਕਿ ਬੰਦਾ ਤਾਂ ਇਸ ਲਾਈਫ 'ਚ ਉਹ ਮਤਲਬ ਕੰਮ ਕਰਨ ਮਿਲਣ ਦੀ ਵੀ ਫਿਰ ਕੀ ਲੋੜ ਆ, ਫਿਰ ਦਿਸਣ ਦੀ ਵੀ ਕੀ ਲੋੜ ਆ। ਪਤਾ ਗਾਰੰਟੀ ਆ ਜੀ, ਆ ਪਿਆ ਗੱਲਾਂ, ਪੈਸੇ ਪਾਓ, ਵੀਜ਼ਾ ਲੈ ਜਾਓ। ਬੇਟਾ ਗਾਰੰਟੀ ਕਦੀ ਵੀ ਤੁਹਾਨੂੰ ਕੋਈ ਨਹੀਂ ਦੇ ਸਕਦਾ, ਗਾਰੰਟੀ ਸਿਰਫ ਵਾਹਿਗੁਰੂ ਦੇ ਹੱਥ ਹੈਗੀ ਆ। ਜਾਂ ਜਿਹਨੇ ਸਿਰਫ ਗੱਲਾਂ ਨਾਲ ਤੁਹਾਡਾ ਵੀਜ਼ਾ ਲਵਾਉਣਾ, ਸਿਰਫ ਉਹ ਬੰਦਾ ਤੁਹਾਨੂੰ ਗਾਰੰਟੀ ਦੇ ਸਕਦਾ। ਹਾਂ, ਗਾਰੰਟੀ ਲੈਣੀ ਆ, ਜੇ ਅਸੀਂ ਗਾਰੰਟੀ ਬੱਚੇ ਨੂੰ ਦਿੰਦੇ ਹਾਂ ਸਿਰਫ ਸਹੀ ਕੰਮ ਦੀ, ਹਰ ਬੱਚੇ ਤੋਂ ਫਾਈਲ ਆਪ ਚੈੱਕ ਹੁੰਦੀ ਆ, ਦੈਟ ਇਜ਼ ਦਾ ਗਾਰੰਟੀ। ਕੋਨਫੀਡੈਂਸ ਹੁੰਦਾ ਆਪਣੇ ਆਪ ਤੇ, ਉਦੋਂ ਅਸੀਂ ਗੱਲਾਂ ਨਹੀਂ ਕਰਦੇ ਬੱਚੇ ਨਾਲ। ਜਦੋਂ ਬੱਚੇ ਨੂੰ ਫਾਈਲ ਚੈੱਕ ਕਰਨਾ, ਬੇਟਾ ਚੈੱਕ ਕਰ, ਤੈਨੂੰ ਲੱਗ ਰਿਹਾ ਕਿਸੇ ਤਰ੍ਹਾਂ ਦੀ ਕਮੀ ਆ। SOP ਦੇ ਵਿੱਚ ਪ੍ਰੋਪਰ ਜਾਨ ਪਾਈ ਦੀ, ਬਿਲਕੁਲ ਕਾਪੀ ਪੇਸਟ ਨੂੰ ਅਵੋਇਡ ਕਰਦਾ। ਦੈਟਸ ਵਾਈ ਜਿਹੜੇ ਬੱਚੇ ਫਾਈਲਾਂ ਵੀ ਸਾਡੇ ਤੋਂ ਲੱਗਦੀਆਂ, ਉਹਨੂੰ ਦੇਖਦੇ ਹਾਂ ਕਿ ਹਾਂ ਅਸੀਂ ਟਾਈਮ ਜ਼ਰੂਰ ਲੈਂਦੇ ਹਾਂ ਬੇਟਾ। ਸੋ ਇੱਦਾਂ ਨਹੀਂ ਕਿ ਅੱਜ ਫਾਈਲ ਆਈ, ਚੱਲ ਮੈਂ ਨਾਲ ਹੀ ਅਗਲੇ ਦਿਨ ਫਾਈਲ ਲਾਦਾ, ਉੱਦਾਂ ਤਾਂ 15 ਮਿੰਟ ਲੱਗਦੇ 2 ਫਾਰਮ ਭਰਨ ਨੂੰ, ਫਾਈਲ ਚੱਲ ਜਾਣੀ ਐਮਬੈਸੀ ਦੇ ਵਿੱਚ। ਬਟ ਹਾਂ, ਜੇ ਵੀਜ਼ਾ ਲੈਣਾ, ਬਾਕੀ ਵੀਜ਼ਾ ਤਾਂ ਬੇਟਾ ਗਾਰੰਟੀ 100% ਆ, ਅਸੀਂ ਵੀ ਨਹੀਂ ਦਿੰਦੇ। ਬਟ ਹਾਂ, ਦਿੰਦੇ ਕਿ 100% ਕਮੀ ਨਾ ਰਹਿ ਜੇ, ਕੋਈ ਕਸਰ ਨਾ ਰਹਿ ਜੇ ਕਿਸੇ ਤਰ੍ਹਾਂ ਦੀ ਕਿ ਵੀਜ਼ਾ ਆਵੇ। ਤੇ ਸੋਰੀ, ਇਹ ਚੀਜ਼ਾਂ ਬਹੁਤ ਜ਼ਰੂਰੀ ਆ ਬਾਈਪਾਸ ਆਊਟ ਵਾਲੇ ਬੱਚਿਆਂ ਨੂੰ, ਕਿਉਂਕਿ ਕਈ ਗੱਲਾਂ ਹੁੰਦੀਆਂ ਕਿ ਬਾਅਦ ਚੋਂ ਪਤਾ ਲੱਗਦੀਆਂ ਕਿ ਪੇਰੈਂਟਸ ਕਹਿੰਦੇ ਸਰ ਪਹਿਲਾਂ ਨਾ ਅਣਗਹਿਲੀ 'ਚ ਰਹਿ ਗਏ ਕਿ ਆਹ ਚੀਜ਼ਾਂ ਨਾ, ਤੇ ਉਹਦੀਆਂ ਗੱਲਾਂ 'ਚ ਆ ਗਏ। ਸੋ ਇਹ ਡਿਸੀਜ਼ਨ ਤੁਸੀਂ ਲੈਣਾ ਕਿ ਤੁਸੀਂ ਕਿਹਦੀ ਇਸ ਵੇਲੇ ਕਿਹਦੀ ਬਾਂਹ ਫੜਦੇ ਆ, ਮੈਂ ਤਾਂ ਕਹਿੰਦਾ ਹੁੰਦਾ ਕਿਹੜੇ ਰਾਹ 'ਤੇ ਚੱਲਦੇ ਆ। ਸੋ ਹਰ ਚੀਜ਼ ਤੁਹਾਡੇ ਕੋਲ ਹੈਗਾ ਵਾ, ਡਾਊਟ ਕਲੀਅਰ ਕਰਦੇ ਚਲੋ, ਦੈਨ ਆਪਣੀ ਐਡਮਿਸ਼ਨ ਲਓ। ਸੋ ਇੱਕ ਹੋਰ ਐਡਵਾਈਸ ਵੀ ਦੇਣਾ, ਹੁਣ ਜਿਹੜਾ ਇਨਟੇਕ ਜਿਹੜੀ ਹੈ ਸੀਟਸ ਜਨਵਰੀ ਜਾਂ ਮਈ ਇਨਟੇਕ ਬੱਚਿਆਂ ਨੂੰ ਮਿਲਣਾ ਵਾ, ਸੋ ਜਨਵਰੀ ਇਨਟੇਕ 'ਚ ਸੀਟਸ ਬਹੁਤ ਲਿਮਿਟਿਡ ਆ। ਨਹੀਂ ਵੀ ਸੀਟ ਮਿਲਦੀ, ਮੈਂ ਦੁਬਾਰਾ ਕਹੂੰਗਾ, ਨਹੀਂ ਵੀ ਸੀਟ ਮਿਲਦੀ, ਮਈ ਇਨਟੇਕ 'ਚ ਲੈ ਲਓ, ਵੀਜ਼ਾ ਲੈ ਲਓ, ਘਰ ਬੈਠੇ ਆ, ਕੁਛ ਨਹੀਂ ਹੋ ਚੱਲਾ। ਬਟ ਗਲਤ ਜੇ ਕੋਰਸ ਲੈ ਲਿਆ, ਉਹੀ ਸ਼ਾਰਟਕੱਟ ਮਾਰ ਲਿਆ, ਇੱਕ ਵਾਰੀ ਕਹਿੰਦੇ ਨਾ ਲੀਹ 'ਚੋਂ ਗੱਡੀ ਥੱਲੇ ਉਤਰੀ, ਜਾਂ ਇੱਕ ਵਾਰੀ ਕੰਮ ਖਰਾਬ ਹੋਇਆ, ਰਿਫਿਊਜ਼ਲ ਫੁੱਲ ਸਟੋਪ ਨਹੀਂ ਹੈਗੀ, ਬਟ ਕਿਤੇ ਨਾ ਕਿਤੇ ਬਹੁਤ ਸਾਰੇ ਬੱਚਿਆਂ ਦੇ ਜਿਹੜੇ ਕਿ ਦੁਬਾਰਾ ਕੰਮ ਬਣਨ ਦੇ ਵਿੱਚ ਰੁਕਾਵਟ ਜ਼ਰੂਰ ਆਉਂਦੀ ਆ, ਫਾਈਨੈਂਸ਼ਲੀ ਵੀ ਨੁਕਸਾਨ ਹੁੰਦਾ, ਇਮੋਸ਼ਨਲੀ ਵੀ ਨੁਕਸਾਨ ਹੁੰਦਾ। ਸੋ ਉਹਨਾਂ ਚੀਜ਼ਾਂ ਤੋਂ ਜ਼ਰੂਰ ਬਚੋ, ਅਵੇਅਰ ਰਹੋ, ਅਪਡੇਟ ਰਹੋ, ਇਨਟੇਕ ਦੀ ਨਾ ਕਾਹਲੀ ਕਰਦੇ ਹੋਏ ਸਹੀ ਕੋਰਸ ਐਡਮਿਸ਼ਨ ਲਓ, ਅਤੇ ਵਾਹਿਗੁਰੂ ਕਰੇ ਹਰ ਬੱਚੇ ਦਾ ਵੀਜ਼ਾ ਜ਼ਰੂਰ ਆਵੇ। ਅਤੇ ਰਿਜ਼ਲਟ ਦਾ ਵੀ ਸਰ ਤੇਜ਼ ਹੋ ਹੀ ਚੁੱਕੇ, ਜਿਹੜੀ ਆਪਾਂ ਸਟਾਰਟਿੰਗ 'ਚ ਮੈਂ ਗੱਲ ਕਰਦਾ, ਜਦੋਂ ਵੀ ਆਪਾਂ ਸ਼ੋਅ ਲਾਈਦਾ, ਸੋ ਤਕਰੀਬਨ ਇੱਦਾਂ ਦੇ ਰੋਜ਼ ਰਿਜ਼ਲਟ ਆਉਂਦੇ ਕਿ ਜਿਹੜੇ ਨਾ ਡੇਲੀ ਡੇ ਬਾਏ ਡੇ ਘੱਟ ਆ ਰਹੇ, 3 ਮਹੀਨੇ, 2.5 ਮਹੀਨੇ। ਆਹ ਹੁਣੇ ਸੀ ਇੱਕ ਰਿਜ਼ਲਟ ਰਿਸੀਵ ਹੋਇਆ ਸਰ, 2 ਮਹੀਨੇ ਅਰਾਊਂਡ 7-8 ਦਿਨ ਦੇ ਵਿੱਚ, ਕਿ ਜਿਹੜੇ ਬੱਚੇ ਦੀ ਪ੍ਰੋਫਾਈਲ ਅਤੇ ਜਿਹੜਾ ਰਿਜ਼ਲਟ ਰਿਸੀਵ ਹੋਇਆ, ਤੇ ਉਹ 15 ਮਈ ਦੇ ਅਰਾਊਂਡ ਫਾਈਲ ਲੌਂਚ ਹੋਈ ਸੀ, ਉਹਦਾ ਵੀ ਜਿਹੜਾ ਕਿ ਰਿਜ਼ਲਟ ਸਾਨੂੰ ਰਿਸੀਵ ਹੋ ਚੁੱਕਾ, ਪੋਜ਼ਿਟਿਵ ਰਿਜ਼ਲਟ। ਉਮੀਦ ਕਰਦੇ ਆਉਣ ਵਾਲੇ ਦਿਨਾਂ 'ਚ ਜਿਹੜੇ ਬੱਚੇ ਫਾਈਲ ਲਾਣਗੇ, ਟਾਈਮਲੀ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਮਿਲਣਗੇ। ਚਲੋ, ਬਿਲਕੁਲ ਜੀ, ਬਹੁਤ ਹੀ ਇੰਪੋਰਟੈਂਟ ਗੱਲਬਾਤ ਹਮੇਸ਼ਾ ਕਰਦੇ ਨੇ ਸਾਡੇ ਨਾਲ ਤੀਰਜ ਜੀ। ਸੋ ਤੀਰਜ ਜੀ ਦੀਆਂ ਗੱਲਾਂ ਹਮੇਸ਼ਾ ਬਹੁਤ ਜ਼ਿਆਦਾ ਸਾਰਾ ਵਰਦਕ ਹੁੰਦੀਆਂ ਨੇ। ਤੀਰਜ ਜੀ, ਅਖੀਰ 'ਚ ਮੈਨੂੰ 2-4 ਗੱਲਾਂ ਤੁਸੀਂ ਇਹ ਜ਼ਰੂਰ ਦੱਸ ਜਾਓ, ਹੁਣ ਟ੍ਰੈਂਡ ਕੀ ਹੈ ਅੱਜ, ਕਿਉਂਕਿ ਅਸੀਂ ਪਹੁੰਚ ਗਏ ਹਾਂ 23 ਜੁਲਾਈ 'ਚ। 23 ਜੁਲਾਈ ਅੱਜ ਹੋ ਗਈ ਹੈ, ਸੋ ਹੁਣ ਟ੍ਰੈਂਡ ਕੀ ਹੈ, ਕਿੰਨੇ ਕੁ ਰਿਜ਼ਲਟ ਤੇਜ਼ ਆਉਣ ਲੱਗ ਗਏ ਕੈਨੇਡਾ ਤੋਂ? ਉਹ ਰਿਊਮਰ ਤਾਂ ਮੈਨੂੰ ਲੱਗਦਾ ਹੈ ਖਤਮ ਹੋ ਗਿਆ, ਜਿਹੜੇ ਲੋਕ ਕਈ ਕਹਿਣ ਲੱਗ ਗਏ ਸੀ ਕੈਨੇਡਾ ਬੰਦ, ਕੈਨੇਡਾ ਬੰਦ। ਅਸਲ 'ਚ ਮੈਨੂੰ ਲੱਗਦਾ ਕਈਆਂ ਦਾ ਜਦੋਂ ਆਪਣਾ ਕੰਮ ਬੰਦ ਹੁੰਦਾ ਉਹਨਾਂ ਨੂੰ ਲੱਗਦਾ ਕੈਨੇਡਾ ਬੰਦ ਹੋ ਗਿਆ, ਸੋ ਉਹ ਰਿਊਮਰ ਖਤਮ ਹੋ ਗਿਆ। ਕੈਨੇਡਾ, ਕਰੋੜਾਂ ਪੰਜਾਬੀ ਉੱਥੇ ਜਾ ਕੇ ਕੰਮ ਕਰ ਰਹੇ ਨੇ, ਪੜ੍ਹ ਰਹੇ ਨੇ, ਸੋ ਕੈਨੇਡਾ ਬੰਦ ਨਹੀਂ ਹੋ ਸਕਦਾ ਇੱਕ ਵਿਅਕਤੀ ਕਰਕੇ। ਸੋ ਇਸ ਕਰਕੇ ਇਹ ਉਹ ਰਿਊਮਰ ਤਾਂ ਖਤਮ ਹੋ ਗਿਆ, ਪਰ ਹੁਣ ਕੈਨੇਡਾ ਦੇ ਵੀਜ਼ੇ ਕਿੰਨੀ ਤੇਜ਼ ਆ ਰਹੇ ਨੇ, ਅਖੀਰ 'ਚ ਇਹ ਵੀ ਜ਼ਰਾ ਕਲੈਰਿਟੀ ਦੇ। ਬਿਲਕੁਲ ਸਰ, ਉਹ ਜਿਹੜਾ ਰਿਊਮਰ ਤਾਂ ਖਤਮ ਹੋ ਹੀ ਚੁੱਕਾ, ਕਿਉਂਕਿ ਨਾ ਮੈਂ ਤਾਂ ਅੱਗੇ ਵੀ ਇੱਥੇ ਆਪਣੇ ਨਾਲ ਹੀ ਆਪਾਂ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ, ਪਤਾ ਨਹੀਂ ਉਹ ਰਿਊਮਰ ਤੋਂ ਬਾਅਦ ਹੀ ਇੰਨਾ ਕੁ ਵਧੀਆ ਪੋਜ਼ਿਟਿਵ ਹੋਣਾ, ਮੈਂ ਕਿਹਾ ਕਸਰ ਕੱਢੀ। ਹਾਂ ਸਰ, ਔਖਾ ਜ਼ਰੂਰ ਹੋਇਆ ਸੀ, ਚੈਲੇਂਜਿੰਗ ਸੀਗਾ, ਰਿਫਿਊਜ਼ਲ ਰੇਟ ਵਧਿਆ, ਬਟ ਇਹ ਥੋੜ੍ਹੀ ਸੀ ਵੀਜ਼ਾ ਨਹੀਂ ਆਇਆ। ਸਰ, ਮੈਂ ਤਾਂ ਕਹਿੰਦਾ ਟ੍ਰੈਂਡ ਕੀ ਹੁੰਦਾ ਕਿ ਮੇਰੀ ਫਾਈਲ 'ਤੇ ਕੀ ਆ, ਮੇਰਾ ਵੀਜ਼ਾ ਲੱਗਿਆ ਸਰ, ਉਹ ਸਮਝੋ ਟ੍ਰੈਂਡ ਬਹੁਤ ਵਧੀਆ ਵਾ। ਜੇ ਅਸੀਂ ਕਹਾਂ ਵਧੀਆ ਟ੍ਰੈਂਡ ਦੇ ਵਿੱਚ ਵੀ ਵੀਜ਼ਾ ਨਾ ਆਵੇ, ਉਹ ਥੋੜ੍ਹਾ ਨੁਕਸਾਨ ਹੁੰਦਾ। ਤੇ ਬਟ ਓਵਰਆਲ ਸੈਟਿਸਫੈਕਟਰੀ ਮੈਂ ਕਹੂੰਗਾ ਸਰ, ਤਸੱਲੀ ਬਖਸ਼ ਕਹੂੰਗਾ ਕਿ ਜਿਹੜੇ ਕਿ ਰਿਜ਼ਲਟ ਬੱਚਿਆਂ ਦੇ ਆ ਰਹੇ ਆ। ਸੋ ਜਿਹੜਾ ਸਮਾਂ ਵੀ ਹੈਗਾ ਉਹ ਵੀ 2.5 ਤੋਂ ਕਿਤੇ ਉਹ 2 ਦੇ ਲਾਗੇ, 2 ਮਹੀਨੇ ਦੇ ਅਰਾਊਂਡ ਆਉਂਦਾ ਜਾ ਰਿਹਾ, ਤੇ ਹੋਰ ਵਾਲੇ 10 ਕੁ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਐਗਜੈਕਟ 2 ਮਹੀਨੇ ਨੂੰ ਟੱਚ ਜ਼ਰੂਰ ਕਰ ਜਾਊਗਾ। ਤੇ ਅੱਜ ਮੈਂ ਉਹਨਾਂ ਬੱਚਿਆਂ ਦੀ ਵੀ ਗੱਲ ਕਰਨੀ ਸਰ, ਆਹ ਮਈ ਵਾਲੇ ਜਿਹੜੇ ਮਈ ਮੰਥ 'ਚ ਫਾਈਲਸ ਲੱਗੀਆਂ ਨਾ, ਉਹਨਾਂ ਦੇ ਬੱਚਿਆਂ ਦੇ ਰਿਜ਼ਲਟ ਤੇਜ਼ ਆਏ, ਤੇ ਬੜੇ ਨਾ ਮੈਂ ਦੇਖਿਆ ਯੂਟਿਊਬ 'ਤੇ ਸਾਨੂੰ ਵੀ ਬੱਚੇ ਮੈਸੇਜਸ ਕਮੈਂਟ ਆ ਰਹੇ ਵਟਸਐਪ 'ਤੇ, ਖਾਸ ਤੌਰ 'ਤੇ ਨਾ ਅਪ੍ਰੈਲ ਮੰਥ 'ਚ ਫਾਈਲਸ, ਮਾਰਚ ਵਾਲੇ ਬੱਚੇ ਨਾ ਟੈਨਸ਼ਨ ਲੱਗ ਰਹੇ, ਉਹਨਾਂ ਨੂੰ ਲੱਗ ਰਿਹਾ ਰਿਜ਼ਲਟ ਨਹੀਂ ਆ ਰਹੇ।
ਤੇ ਤਾਂ ਹੀ ਫਾਈਲ ਅੰਬੈਸੀ ਦੇ ਵਿੱਚ ਆ। ਸੋ ਉਮੀਦਾਂ ਜ਼ਰੂਰ ਬਰਕਰਾਰ ਰੱਖੋ, ਡਰੋ ਨਾ, ਡੋਲੋ ਨਾ ਜੇ ਮੇਰਾ ਰਿਜ਼ਲਟ ਹਜੇ ਨਹੀਂ ਵੀ ਆਇਆ, ਜੇ ਮੈਂ ਐਸਾ 2.5 ਮਹੀਨੇ ਦੇ ਫੇਜ਼ ਦੇ ਵਿੱਚ ਨਹੀਂ ਹਜੇ ਆ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨੇ ਬਟ ਇਹ ਚੀਜ਼ਾਂ ਕਿਸੇ ਦੇ ਹੱਥ ਬਸ ਨਹੀਂ ਹੈਗੀਆਂ, ਜਾਂ ਹਜੇ ਵੀ ਸਾਡੇ 'ਚ ਮੈਂ ਕਹੂੰਗਾ ਪੁਰਾਣੀਆਂ ਫਾਈਲ ਸਾਡੀਆਂ ਵੀ ਪੈਂਡਿੰਗ ਆ, ਬਟ ਉਮੀਦਾਂ ਜ਼ਰੂਰ ਬਣਾਈ ਰੱਖੋ। ਮੈਂ ਤਾਂ ਜਦੋਂ ਫਾਈਲਸ ਮੈਂ ਕਹਿੰਦਾ ਡਿਲੇ ਹੋ ਜਾਵੇ ਕੋਈ ਗੱਲ ਨਹੀਂ, ਘਰ ਹੀ ਬੈਠਾ ਮੈਂ ਕਿਹੜਾ ਇੱਥੇ ਘਰੋਂ 'ਚ ਆ ਰਿਹਾ ਕਿਤੇ, ਜਾਂ ਮੈਨੂੰ ਲੇਟ ਹੋ ਗਿਆ ਤਾਂ ਮੇਰਾ ਕੋਈ ਇੱਦਾਂ ਵਾ, ਵੀਜ਼ਾ ਆ ਜਾਵੇ ਟਾਈਮ ਵਿਲ ਕੰਪੋਜ਼ਿਟ। ਸੋ ਉਮੀਦ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਹੀ ਮਿਲੂਗਾ। ਇੱਕ ਪੋਜ਼ਿਟਿਵਿਟੀ ਦੀ ਗੱਲ ਦੱਸਾਂ, ਤੁਸੀਂ ਕੈਨੇਡਾ ਦਾ ਕੋਈ ਵੀ ਤੁਸੀਂ ਆ ਦੇਖ ਲਓ, ਅੱਜ ਵੀ ਸਰ ਨਿਊਜ਼ ਦੇ ਵਿੱਚ ਆਇਆ ਕਿ ਕੈਨੇਡਾ ਦੀ ਜਿਹੜੀ ਗੌਰਮੈਂਟ ਹੈਗੀ ਆ, ਹਾਇਰ ਅਥਾਰਟੀਜ਼ ਹੈਗੀ ਆ, ਬਹੁਤ ਜ਼ਿਆਦਾ ਹਾਰਡਵਰਕ ਕਰ ਰਹੀ ਆ, ਆਪਣਾ 100% ਦੇ ਰਹੀ ਆ ਬੈਕਲੋਗ ਨੂੰ ਕਲੀਅਰ ਕਰਨ ਤੇ। ਸਰ ਹਰ ਵੈਬੀਨਾਰ ਦੇ ਵਿੱਚ, ਜਦੋਂ ਉਹਨਾਂ ਨੇ ਵੈਬੀਨਾਰ ਵੀ ਆਰਗਨਾਈਜ਼ ਕਰਾਏ, ਹਰ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਸਟੂਡੈਂਟ ਨੂੰ ਇੰਪੋਰਟੈਂਸ ਦਿੰਦੇ ਆ। ਸਟੂਡੈਂਟ ਦਾ ਉਹਨਾਂ ਦਾ ਰੈਵਨਿਊ ਦਾ ਬਹੁਤ ਇੰਪੋਰਟੈਂਟ ਪੁਆਇੰਟ ਆ। ਸਰ ਰੈਵਨਿਊ ਦਾ ਪਾਰਟ ਉਹ ਤਾਂ ਹੀ ਬਣਨਗੇ ਜੇ ਵੀਜ਼ੇ ਦੇਣਗੇ, ਜੇ ਵੀਜ਼ੇ ਨਹੀਂ ਦਿੱਤੇ ਫਿਰ ਕਾਹਦਾ ਰੈਵਨਿਊ ਸਰ, ਫਿਰ ਤਾਂ ਦਿੱਤੀਆਂ ਫੀਸਾਂ ਵਾਪਸ ਦੇਣੀਆਂ ਪੈਣੀਆਂ। ਸੋ ਉਮੀਦਾਂ ਬਣਾਈ ਰੱਖੋ, ਕਦੇ ਵੀ ਇਹ ਬੰਦ ਨਹੀਂ ਹੋਣਾ, ਵਧੀਆ ਹੀ ਚੱਲੇਗਾ। ਸੋ ਬਸ ਇੱਕੋ ਗੱਲ ਆ, ਸੱਚ ਦਾ ਰਾਹ ਫੜ ਲਓ, ਇਮਾਨਦਾਰੀ ਕਰ ਲਓ, ਮਿਹਨਤ ਕਰ ਲਓ ਆਪਣੇ ਅਕੈਡਮਿਕਸ ਦੇ ਵਿੱਚ, ਅਕੈਡਮਿਕ 'ਚ ਕੋਈ ਕੰਪਰੋਮਾਈਜ਼ ਨਾ ਹੋਵੇ, ਤੇ ਵੀਜ਼ਾ ਸਰ ਆ ਹੀ ਜਾਂਦਾ। ਸੋ ਕੈਨੇਡਾ ਵੀਜ਼ਾ ਦਿੰਦਾ ਆਫਟਰ ਰਿਫਿਊਜ਼ਲ ਵੀ ਬੱਚਿਆਂ ਜੀ। ਚਲੋ ਥੈਂਕ ਯੂ ਸੋ ਮਚ ਕਿਰਨ ਜੀ, ਬਹੁਤ ਮਹੱਤਵਪੂਰਨ ਜਾਣਕਾਰੀ ਕਿਰਨ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ। ਸੋ 85578 ਇਸ ਫੋਨ ਨੰਬਰ ਨੂੰ ਪਰਚੀ ਤੇ ਲਿਖ ਕੇ ਤੁਸੀਂ ਯਾਦ ਰੱਖੋ, ਜੇਬ 'ਚ ਪਾਓ ਪਰਚੀ, ਮੋਬਾਈਲ 'ਚ ਨੰਬਰ ਫੀਡ ਕਰੋ, ਜਦੋਂ ਵੀ ਜ਼ਰੂਰਤ ਪਵੇ ਤੇ ਧੀਰਜ ਜੀ ਦੇ ਨਾਲ ਸੰਪਰਕ ਕਰੋ, ਪੂਰੀ ਕਲੈਰਿਟੀ ਲਓ, ਸਾਰੀਆਂ ਕਨਫਿਊਜ਼ਨਸ ਦੂਰ ਕਰੋ, ਫਿਰ ਅਪਲਾਈ ਕਰੋ। ਔਰ ਨਵੇਂ ਸਟੂਡੈਂਟਸ ਨੂੰ ਪਾਸ ਹੋਣ 'ਤੇ ਬਹੁਤ ਬਹੁਤ ਵਧਾਈਆਂ, ਬਹੁਤ ਧੰਨਵਾਦ ਸਰ। ਥੈਂਕ ਯੂ।